ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਭੇਜਿਆ 115 ਕਰੋੜ ਰੁਪਈਆ ਇੱਕ ਜਿਹੜਾ 12 ਮਹੀਨੇ ਪਹਿਲਾਂ ਭੇਜਿਆ ਸੀ 327 ਕਰੋੜ ਰੁਪਈਆ ਜਿਹੜਾ ਹੁਣ 4 ਮਹੀਨੇ ਪਹਿਲਾਂ ਭੇਜਿਆ ਇਹ ਸਾਰੀ ਸ਼ਡਿਊਲ ਕਾਸਟ ਵਿਦਿਆਰਥੀਆਂ ਦੀ ਰਕਮ ਜਿਹੜੀ ਆ ਜਿਹੜੀ ਫੀਸਾਂ ਵਾਸਤੇ ਆਈ ਸੀ ਔਰ ਉਹ ਖਾ ਲਈ ਉਹ ਗਵਨ ਕਰ ਲਈ ਆ ਔਰ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚੋਂ ਕੱਢਿਆ ਜਾ ਰਿਹਾ ਉਹਨਾਂ ਨੂੰ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਦਾਖਲੇ ਨਹੀਂ ਭੇਜੇ ਜਾ ਰਹੇ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਆ ਉਹ ਖਤਰੇ 'ਚ ਆ ਇਸ ਗੱਲ ਨੂੰ ਲੈ ਕੇ ਅਸੀਂ ਵਾਰ-ਵਾਰ ਸਰਕਾਰ ਕੋਲ ਮੰਗ ਉਠਾਉਂਦੇ ਰਹੇ ਮੀਡੀਆ 'ਚ ਵੀ ਉਠਾਉਂਦੇ ਰਹੇ ਲੇਕਿਨ ਸਾਧੂ ਸਿੰਘ ਧਰਮਸੋਤ ਜੀ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ ਮੇਰਾ ਖਿਆਲ ਜਿੰਨੀ ਵੱਡੀ ਦੁਸ਼ਮਣੀ ਧਰਮਸੋਤ ਜੀ ਦਲਿਤਾਂ ਦੇ ਬੱਚਿਆਂ ਨਾਲ ਕੱਢ ਰਹੇ ਆ ਉਨੀ ਹੋਰ ਨਹੀਂ ਕੋਈ ਕਰ ਸਕਦਾ ਜਿੰਨੀ ਜ਼ਿਆਦਤੀ ਇਹ ਕਾਂਗਰਸ ਦੀ ਗੌਰਮੈਂਟ ਗਰੀਬ ਬੱਚਿਆਂ ਨਾਲ ਕਰ ਰਹੀ ਆ ਇਹ ਉਦਾਹਰਣ ਆ ਇੱਦਾਂ ਦਾ ਕਦੀ ਇਹੋ ਜਿਹੇ ਹਾਲਾਤ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਕਦੀ ਨਹੀਂ ਪੰਜਾਬ 'ਚ ਬਣੇ ਜੋ ਕੈਪਟਨ ਸਾਹਿਬ ਦੀ ਸਰਕਾਰ ਵਿੱਚ ਹੋ ਗਿਆ ਅਸੀਂ ਇਹ ਪੁੱਛਣ ਆਏ ਉਹ 327 ਕਰੋੜ ਰੁਪਈਆ ਗਿਆ ਕਿੱਥੇ ਤੁਸੀਂ ਕਿਹੜੇ ਖੂਹ 'ਚ ਸੁੱਟ ਦਿੱਤਾ ਉਹ 327 ਕਰੋੜ ਰੁਪਈਆ ਪਹਿਲਾਂ 115 ਕਰੋੜ ਕਿੱਥੇ ਸੁੱਟਿਆ ਕੀ ਵਿਗਾੜਿਆ ਇਹਨਾਂ ਗਰੀਬ ਬੱਚਿਆਂ ਨੇ ਤੁਹਾਡਾ ਇਸ ਸਾਲ ਕਾਂਗਰਸ ਦੀ ਸਰਕਾਰ ਆਉਣ ਕਰਕੇ 1 ਲੱਖ ਬੱਚਾ ਵਿਦਿਆਰਥੀ ਜਿਹੜਾ ਆ ਸ਼ਡਿਊਲ ਕਾਸਟ ਉਹ ਕਾਲਜਾਂ 'ਚ ਐਡਮਿਸ਼ਨ ਨਹੀਂ ਲੈ ਸਕਦਾ ਤੁਸੀਂ ਕਿਸੇ ਵੀ ਕਾਲਜ 'ਚ ਜਾ ਕੇ ਪੁੱਛ ਲਓ ਉਹ ਕਹਿੰਦੇ ਐਸ ਸੀ ਵਿਦਿਆਰਥੀ ਨੂੰ ਅਸੀਂ ਐਡਮਿਸ਼ਨ ਨਹੀਂ ਦਿੰਦੇ ਕਿਉਂ ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਪੈਸਾ ਨਹੀਂ ਦੇ ਰਹੀ ਇੱਦਾਂ ਹੀ 20 ਕਰੋੜ ਰੁਪਈਆ ਬੈਕਵਰਡ ਕਲਾਸਿਸ ਸਟੂਡੈਂਟ ਦਾ ਆਇਆ ਸੀ ਸਿਰਫ 2 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਪਾਉਣਾ ਸੀ ਉਹ 22 ਕਰੋੜ ਨਾਲ ਪਛੜੀਆਂ ਜਾਤਾਂ ਦੇ ਵਿਦਿਆਰਥੀਆਂ ਦੀ ਫੀਸ ਦਿੱਤੀ ਜਾਣੀ ਸੀ ਉਹ 2 ਕਰੋੜ ਨਹੀਂ ਦਿੱਤਾ ਉਹ 22 ਕਰੋੜ ਵਾਪਸ ਚਲ ਗਿਆ ਕੇਂਦਰ ਨੂੰ ਲੈਪਸ ਹੋ ਗਿਆ ਇੰਨੀ ਨਿਕੰਮੀ ਸਰਕਾਰ ਇੰਨੇ ਨਿਕੰਮੇ ਜਿਹੜੇ ਵੈਲਫੇਅਰ ਮੰਤਰੀ ਆਏ ਦਿਨ ਝੂਠ ਬੋਲੀ ਜਾਂਦੇ ਅਖਬਾਰਾਂ 'ਚ ਬਿਆਨਬਾਜ਼ੀ ਕਰੀ ਜਾਂਦੇ ਵੀ ਅਸੀਂ ਦਸੰਬਰ 'ਚ ਪੈਸੇ ਦੇ ਦਿਆਂਗੇ ਫਿਰ ਕਹਿੰਦੇ ਅਸੀਂ ਮਾਰਚ ਵਿੱਚ ਦੇ ਦਿਆਂਗੇ ਫਿਰ ਕਹਿੰਦੇ ਅਸੀਂ ਅਪ੍ਰੈਲ 'ਚ ਦੇ ਦਿਆਂਗੇ ਵਿਧਾਨ ਸਭਾ 'ਚ ਵੀ ਕਿਹਾ ਸੀ ਅਸੀਂ ਪੈਸੇ ਜਾਰੀ ਕਰਤੇ ਝੂਠ ਬੋਲਿਆ ਹੁਣ ਕਹਿੰਦੇ ਖਟਖੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਉਸ ਪਵਿੱਤਰ ਸਥਾਨ ਦੇ ਉੱਤੇ ਜਾ ਕੇ ਧਰਮਸੋਤ ਜੀ ਨੇ ਕਿਹਾ ਪਿਛਲੇ ਦਿਨਾਂ 'ਚ ਕਿ ਮੈਂ 30 ਸਪਤੰਬਰ ਨੂੰ ਪੈਸਾ ਜਾਰੀ ਕਰ ਦੂੰਗਾ ਅਤੇ ਹੁਣ ਕੱਲ੍ਹ ਬਿਆਨ ਆ ਗਿਆ ਹੁਣ ਕਹਿੰਦੇ ਦਸੰਬਰ 'ਚ ਜਾਰੀ ਕਰਾਂਗੇ ਪੈਸਾ ਉਹ ਦਸੰਬਰ ਤੱਕ ਤਾਂ ਬੱਚਿਆਂ ਨੂੰ ਕੱਢ ਦੇਣਗੇ ਕਾਲਜਾਂ ਵਾਲੇ ਆ ਹੁਣੇ ਤੁਹਾਨੂੰ ਬੱਚਿਆਂ ਨੂੰ ਦੱਸਿਆ ਨਵੰਬਰ 'ਚ ਤਾਂ ਉਹਨਾਂ ਦੇ ਪੇਪਰ ਆ ਬੱਚਿਆਂ ਨੂੰ ਕੱਢ ਦੇਣਗੇ ਇਸ ਕਰਕੇ ਸਿੱਧੀ ਡਾਇਰੈਕਟ ਜ਼ਿੰਮੇਵਾਰੀ ਜਿਹੜੀ ਆ ਉਹ ਕਾਂਗਰਸ ਦੀ ਸਰਕਾਰ ਦੀ ਆ ਮੁੱਖ ਮੰਤਰੀ ਜੀ ਕਾਂਗਰਸ ਵਾਲਿਓ ਇਹਨਾਂ ਦਲਿਤਾਂ ਨੇ ਇਹਨਾਂ ਗਰੀਬਾਂ ਨੇ ਤੁਹਾਨੂੰ ਵੋਟਾਂ ਪਾ ਕੇ 77 ਸੀਟਾਂ ਦਿੱਤੀਆਂ ਅੱਜ ਉਹਨਾਂ ਦਾ ਸਿਆਸੀ ਅੱਜ ਉਹਨਾਂ ਦਾ ਜਿਹੜਾ ਭਵਿੱਖ ਦਾ ਕਤਲ ਨਾ ਕਰੋ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝਿਆ ਨਾ ਕਰੋ ਤੁਸੀਂ ਘਰ ਘਰ ਨੌਕਰੀ ਕੀ ਦੇਣੀ ਆ ਘਰ ਘਰ ਨੌਕਰੀ ਤੁਹਾਡੀ ਸਕੀਮ ਠੀਕ ਹੈ ਕਿ ਜਦ ਬੱਚੇ ਪੜ੍ਹਨਗੇ ਹੀ ਨਾ ਕਾਲਜ ਦੀ ਪੜ੍ਹਾਈ ਨਹੀਂ ਹਾਸਲ ਕਰਨਗੇ ਤਾਂ ਨੌਕਰੀ ਕਿੱਦਾਂ ਹਾਸਲ ਕਰਨਗੇ ਇਸ ਕਰਕੇ ਅਸੀਂ ਕਾਂਗਰਸ ਨੂੰ ਇਹ ਜਗਾਉਣ ਵਾਸਤੇ ਆਏ ਕਿ ਉਹਨਾਂ ਦਾ ਪੈਸਾ ਦਿਓ ਜਿੰਨੀ ਦੇਰ ਵਿਦਿਆਰਥੀਆਂ ਦਾ ਪੈਸਾ ਸਰਕਾਰ ਨਹੀਂ ਦਿੰਦੀ ਅਸੀਂ ਇੱਦਾਂ ਹੀ ਡਟੇ ਰਵਾਂਗੇ ਸਰਕਾਰ ਦੇ ਖਿਲਾਫ਼ ਆ ਬੱਚੇ ਵੀ ਆਏ ਸਾਰੇ ਪਰੇਸ਼ਾਨ ਬੱਚੇ ਆਏ ਜਿਨ੍ਹਾਂ ਦੇ ਪਰਿਵਾਰ ਵਿਚਾਰੇ ਗਰੀਬ ਆ ਮਜ਼ਦੂਰ ਆ ਤਾਂ ਸਾਡੀ ਮੰਗ ਤੁਸੀਂ ਵੀ ਭਰਾ ਉਠਾਓ ਜਾਇਜ਼ ਮੰਗ ਆ ਅਸੀਂ ਕਿਸੇ ਦੇ ਹਿੱਸੇ ਦਾ ਪੈਸਾ ਨਹੀਂ ਮੰਗਦੇ ਇਹਨਾਂ ਦੇ ਹਿੱਸੇ ਦਾ ਪੈਸਾ ਕੇਂਦਰ ਗੌਰਮੈਂਟ ਨੇ ਭੇਜਿਆ ਜਿਹੜਾ ਖਾ ਗਿਆ ਅਗਲਾ ਸਟੈਪ ਅਸੀਂ ਸਾਰੇ ਇੱਥੇ ਬੈਠੇ ਹਾਂ ਵਿਦਿਆਰਥੀਆਂ ਸਾਨੂੰ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਬਹੁਤ ਸਾਰੇ ਕਾਲਜਸ ਨੇ ਕਿਹਾ ਸਾਨੂੰ ਵੀ ਅਸੀਂ ਵੀ ਚੱਲਣਾ ਤੁਹਾਡੇ ਨਾਲ ਅਸੀਂ ਕਿਹਾ ਨਹੀਂ ਅੱਜ ਅਸੀਂ ਸਿਰਫ ਮਿਲਣ ਜਾਣਾ ਮੰਤਰੀ ਜੀ ਨੂੰ ਮੁਲਾਕਾਤ ਕਰਨ ਜਾਣਾ ਅਤੇ ਲੇਕਿਨ ਅਗਲੀ ਵਾਰੀ ਹੁਣ ਵੱਡੀ ਗਿਣਤੀ 'ਚ ਆਵਾਂਗੇ ਉਨੀ ਦੇਰ ਤੱਕ ਟਿਕ ਕੇ ਨਹੀਂ ਬੈਠਣਾ ਜਿੰਨੀ ਦੇਰ ਤੱਕ ਇਹ ਪੈਸਾ ਸਰਕਾਰ ਦਿੰਦੀ ਨਹੀਂ